ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਸੰਘਣੀ ਧੁੰਦ ਪਈ ਹੈ ਜਿਸ ਦੇ ਕਾਰਨ ਕਿ ਕਈ ਥਾਵਾਂ ਤੇ ਜੋ ਭਿਆਨਕ ਸੜਕ ਹਾਦਸੇ ਨੇ ਉਹ ਦੇਖਣ ਨੂੰ ਮਿਲੇ ਨੇ ਤਾਂ ਵੱਡੀ ਖਬਰ ਲੁਧਿਆਣਾ ਚੰਡੀਗੜ੍ਹ ਹਾਈਵੇ ਤੋਂ ਆ ਰਹੀ ਹੈ ਜਿੱਥੇ ਕਿ ਸਮਰਾਲਾ ਦੇ ਨਜ਼ਦੀਕ ਪਿੰਡ ਲੱਲ ਕਲਾਂ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ ਸੰਘਣੀ ਧੁੰਦ ਦੇ ਕਾਰਨ। ਤੁਹਾਨੂੰ ਦੱਸ ਦਈਏ ਕਿ ਅਮੁੱਲ ਦੁੱਧ ਦੀਆਂ ਗੱਡੀਆਂ ਇੱਕ ਕੈਂਟਰ ਤੇ ਇੱਕ ਮਹਿੰਦਰਾ ਪਿਕਅਪ ਜੀਪ ਆਪਸ ਦੇ ਵਿੱਚ ਵੱਜੀਆਂ ਨੇ, ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਿ ਕਈ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤਾਂ ਇੱਕ ਵਿਅਕਤੀ ਜੋ ਮਹਿੰਦਰਾ ਦੀ ਪਿਕਅਪ ਗੱਡੀ ਸੀ ਅਮੁੱਲ ਦੁੱਧ ਦੀ ਉਸ ਦੇ ਵਿੱਚ ਵੀ ਫਸ ਜਾਂਦਾ। ਮੌਕੇ ਤੇ ਸਮਰਾਲਾ ਇਲਾਕੇ ਦੀ ਸਮਰਾਲਾ ਥਾਣੇ ਦੀ ਜੋ ਪੁਲਿਸ ਆ ਉਹ ਪਹੁੰਚਦੀ ਹੈ, ਸਾਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ। ਜੋ ਉਸ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਡਰਾਈਵਰ ਫਸ ਜਾਂਦਾ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤੇ ਜੋ ਵੀ ਇਸ ਐਕਸੀਡੈਂਟ ਦੇ ਵਿੱਚ ਜ਼ਖਮੀ ਹੋ ਜਾਂਦਾ ਉਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਐਕਸੀਡੈਂਟ ਵਾਪਰਿਆ, ਸੰਘਣੀ ਧੁੰਦ ਦੇ ਕਾਰਨ ਕਿਸ ਗੱਡੀ ਦੀ ਬ੍ਰੇਕ ਲੱਗੀ ਸੀ ਜਾਂ ਕੋਈ ਤੇਜ਼ ਆ ਰਿਹਾ ਸੀ, ਕਿਸ ਤਰ੍ਹਾਂ ਇਹ ਸਾਰਾ ਐਕਸੀਡੈਂਟ ਵਾਪਰਿਆ, ਤਾਂ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸਾਰੇ ਉਰੇ 5-7 ਪਿੰਡਾਂ ਦੇ ਨਗਰ ਵਾਸੀ ਇੱਥੇ ਪਹੁੰਚੇ ਹਾਂ ਜੀ, ਜਿਹਨਾਂ ਦੀ ਸਹਾਇਤਾ ਕਰ ਰਹੇ ਹਾਂ ਜੀ, ਪਰ ਟੋਲ ਪਲਾਜ਼ੇ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਜੀ। ਹਾਂ ਜੀ, ਹੁਣ ਅਸੀਂ ਪ੍ਰਾਈਵੇਟ ਹੈਡਰਾ ਮੰਗਾਈਆ ਜੀ ਆਪਣੇ ਤੌਰ ਤੇ, ਨਾ ਇਹਨਾਂ ਕੋਲੋਂ ਜੈਕਟ, ਨਾ ਇਹਨਾਂ ਕੋਈ ਖਿੱਚਣ ਵਾਸਤੇ ਕੋਈ ਆਪਣਾ ਸੰਗਲ ਹੈਡਰਾ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਇਹ ਕਹਿੰਦੇ ਕਦੇ ਕਹਿੰਦੇ ਸਟਾਰਟ ਨਹੀਂ ਹੋਈ, ਕਦੇ ਕੁਛ ਕਹਿੰਦੇ ਆ ਜੀ, ਕਦੇ ਕੁਛ ਜਵਾਬ ਦਿੰਦੇ ਆ। ਨਹੀਂ ਜੀ, ਕੋਈ ਹੈਲਪ ਨਹੀਂ ਮਿਲੀ ਜੀ, ਬਿਲਕੁਲ ਨਹੀਂ ਮਿਲੀ ਜੀ। ਮੁਲਾਜ਼ਮ ਖੜੇ ਨੇ ਚਾਰ ਉੱਥੇ ਸਾਈਡ ਤੇ ਹੋ ਕੇ ਜੇਬਾਂ 'ਚ ਹੱਥ ਪਾਈ ਖੜੇ ਨੇ ਜੀ, ਹੁਣ ਆਏ ਨੇ ਉਹ ਵੀ ਬੰਦ ਕੋਲ, ਅਸੀਂ ਸਾਰਾ ਕੁਛ ਸੁਵਿਧਾ ਆਪ ਪ੍ਰੋਵਾਈਡ ਕਰ ਰਹੇ ਹਾਂ ਜੀ। ਬੰਦੇ ਫਿਰ ਕੇ ਇੱਕ ਬੰਦਾ ਗੱਡੀ 'ਚ ਫਸਿਆ ਹੋਇਆ ਜੀ, ਉਹਨੂੰ ਕੱਢੋ ਲਈ ਜਦੋਂ ਜਾਇਦਾ, ਬਾਕੀ ਤਾਂ ਬੰਦੇ ਠੀਕ ਨੇ ਜੀ। ਚਾਰ ਗੱਡੀਆਂ ਨੇ ਜੀ ਆਪਸ ਵਿੱਚ ਟਕਰਾਈਆਂ ਧੁੰਦ ਕਾਰਨ ਜੀ। ਬਸ ਬਸ ਧੁੰਦ ਪੈਣ ਕਾਰਨ ਹੋ ਰਿਹਾ ਨਾ ਐਕਸੀਡੈਂਟ, ਧੁੰਦ ਬਹੁਤ ਜ਼ਿਆਦਾ ਹੋਈ। ਹਾਂ, ਗੱਡੀਆਂ 'ਚ ਪੰਜ ਛੇ ਗੱਡੀਆਂ ਵਾਲਾ ਗੱਡੀਆਂ ਉੱਧਰ ਗਈਆਂ। ਮਗਰ ਵੱਜੀ ਗਿਆ ਮਾਰ ਨੂੰ ਗੱਡੀਆਂ, ਕਿਆ ਹੋਇਆ ਡਰਾਈਵਰ ਚਾਹੀਦੇ ਤੇ ਉਹਨੂੰ ਜਲਦੀ ਤੋਂ ਜਲਦੀ ਡਰਾਈਵਰ ਨੂੰ ਕੱਢਿਆ ਜਾਵੇ ਬਾਹਰ। ਉਹ ਕੱਢੇ ਰਹੇ ਆ, ਉਹ ਕੱਢੇ ਗੈਸ ਕੱਢਣ ਆਇਆ, ਦੀਵਾਲੀ ਕਰਕੇ ਥੋੜੀ ਪ੍ਰੋਬਲਮ ਆਈ ਯਾਰ, ਕੱਢ ਰਹੇ ਆ।